ਗੁੱਡ ਮਾਰਨਿੰਗ ਜੀ, ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ। ਆ ਵੀਡੀਓ ਤੁਹਾਡੇ ਸਾਹਮਣੇ ਹਾਜ਼ਰ ਹੈ। ਅਸੀਂ ਤੜਕੇ ਤੜਕੇ ਜਾ ਰਹੇ ਹਾਂ ਦੁਬਈ ਏਅਰਪੋਰਟ, ਕਿਉਂਕਿ ਅੱਜ ਸਾਡੀ ਫਲਾਈਟ ਹੈ ਲੰਡਨ ਹੀਥਰੋ ਦੀ। ਇਸ ਤੋਂ ਪਿਛਲੇ ਵਲੌਗ 'ਚ ਆਪਾਂ ਟਰਕੀ ਇਸਤਨਬੁਲ ਦੀ ਸੈਰ ਕੀਤੀ ਸੀ, ਅਤੇ ਹੁਣ ਇਸ ਵਾਰੀ ਅਸੀਂ ਤੁਹਾਨੂੰ ਲੰਡਨ ਦੀ ਸੈਰ ਕਰਾਵਾਂਗੇ। ਅਤੇ ਆਪਾਂ ਇਹੀ ਅਸੀਂ ਸਵੇਰੇ ਸਵੇਰੇ ਕੈਬ ਲੈ ਕੇ ਸ਼ਾਰਜੇ ਤੋਂ ਏਅਰਪੋਰਟ ਪਹੁੰਚੇ। ਤਕਰੀਬਨ 60 ਤੋਂ 70 ਦਿਰਹਮ ਕਿਰਾਇਆ ਲੱਗਦਾ ਹੈ, ਫੋਰ ਯੋਰ ਇਨਫੋਰਮੇਸ਼ਨ। ਦੁਬਈ ਤੋਂ ਲੰਡਨ ਜਾਣ ਦੇ ਬਥੇਰੇ ਆਪਸ਼ਨਸ ਨੇ, ਪਰ ਕੀ ਕਹਿੰਦੇ ਆ, ਟਰਕਿਸ਼ ਏਅਰਪੋਰਟ ਵਨ ਆਫ ਦਾ ਮੋਸਟ ਇਕਨੋਮਿਕਲ ਅਤੇ ਵਧੀਆ ਆਪਸ਼ਨ ਸੀਗਾ, ਅਸੀਂ ਚੂਜ਼ ਕੀਤਾ। ਟਾਈਮਿੰਗਸ ਵੀ ਵਧੀਆ ਸੀਗੇ। ਅਤੇ ਆਹ ਜਿਹੜੀ ਸਕਾਈ ਟ੍ਰੇਨ ਹੈ, ਸਾਨੂੰ ਇਮੀਗ੍ਰੇਸ਼ਨ ਤੋਂ ਬਿਲਕੁਲ ਗੇਟ ਦੇ ਉੱਤੇ ਲੈ ਕੇ ਜਾਂਦੀ ਹੈ, ਟਰਮੀਨਲ 1 ਦੁਬਈ ਏਅਰਪੋਰਟ। ਸਾਡੀ ਫਲਾਈਟ ਦੁਬਈ ਟੂ ਇਸਤਨਬੁਲ ਅਤਾਤੁਰਕ ਏਅਰਪੋਰਟ ਟਰਕਿਸ਼ ਏਅਰਲਾਈਨ, ਅਤੇ ਉੱਥੇ ਕਰੀਬਨ 2 ਘੰਟਿਆਂ ਦਾ ਲੇਓਵਰ, ਅਤੇ ਉੱਥੋਂ ਦੀ ਫਿਰ ਲੰਡਨ ਹੀਥਰੋ। ਸਵੇਰ ਦਾ ਨਜ਼ਾਰਾ ਦੁਬਈ ਏਅਰਪੋਰਟ ਟਰਮੀਨਲ 1 ਦਾ। ਚੈੱਕ ਇਨ ਵਗੈਰਾ ਕਲੀਅਰ ਕਰਨ ਤੋਂ ਬਾਅਦ ਚੋਂ ਆ ਦੁਬਈ ਟਰਮੀਨਲ 1 ਦਾ ਡਿਊਟੀ ਫਰੀ ਹੈ ਜੀ। ਅਤੇ ਡਿਊਟੀ ਫਰੀ ਜਿੱਦਾਂ ਕਿ ਬਹੁਤ ਹੀ ਸਵੇਰ ਦਾ ਟਾਈਮ, ਤੁਹਾਨੂੰ ਮੈਂ ਪਹਿਲੇ ਵੀ ਦੱਸਿਆ, ਅਤੇ ਕਾਫੀ ਖਾਲੀ ਏਅਰਪੋਰਟ ਦਾ ਨਜ਼ਾਰਾ ਹੈ। ਜਦੋਂ ਦੁਬਈ ਦਾ ਏਅਰਪੋਰਟ ਖਾਲੀ ਹੁੰਦਾ ਤੇ ਬੱਤੀਆਂ ਜਗਦੀਆਂ ਜ਼ਿਆਦਾ ਸੋਹਣੀਆਂ ਲੱਗਦੀਆਂ। ਚਲੋ ਜੀ, ਫਲਾਈਟ ਸਾਡੀ ਉੜ ਕੇ ਦੁਬਈ ਏਅਰਪੋਰਟ ਤੋਂ ਇਸਤਨਬੁਲ ਅਤਾਤੁਰਕ ਏਅਰਪੋਰਟ ਤੇ ਪਹੁੰਚ ਚੁੱਕੀ ਹੈ, ਅਤੇ ਇੱਥੇ ਅਸੀਂ ਟ੍ਰਾਂਜ਼ਿਟ ਡੈਸਕ ਯੂਜ਼ ਕਰਦੇ ਹੋਏ ਲੰਡਨ ਹੀਥਰੋ, ਜਿੱਥੇ ਸਾਡੀ ਫਲਾਈਟ ਖੜ੍ਹੀ ਹੋਈ ਹੈ, ਉਸ ਗੇਟ 'ਤੇ ਜਾਂਦੇ ਹੋਏ। ਬਹੁਤ ਹੀ ਨਵਾਂ ਏਅਰਪੋਰਟ, ਬ੍ਰੈਂਡ ਨਿਊ ਏਅਰਪੋਰਟ ਬਣਿਆ ਹੈ, ਨਜ਼ਾਰਾ ਬਹੁਤ ਸੋਹਣਾ ਹੈ। ਰਾਈਟ ਸਾਈਡ ਦੇ ਉੱਤੇ ਤੁਸੀਂ ਪਾਸਪੋਰਟ ਕੰਟਰੋਲ ਦੇਖੋਗੇ ਜੇ ਤੁਸੀਂ ਇਸਤਨਬੁਲ 'ਚ ਐਂਟਰੀ ਕਰਨੀ ਹੈ, ਅਤੇ ਜੇ ਤੁਸੀਂ ਸਿੱਧਾ ਲੰਘਦੇ ਜਾਓਗੇ ਤਾਂ ਤੁਹਾਨੂੰ ਆਪਣੇ ਗੇਟਸ ਦਿਖਣਗੇ, ਜਿੱਥੋਂ ਤੁਹਾਨੂੰ ਸਾਰੇ ਯੂਰੋਪ ਅਤੇ ਅਮੈਰੀਕਾ ਵਗੈਰਾ ਲਈ ਫਲਾਈਟਸ ਦੇ ਗੇਟ ਕਨੈਕਟਡ ਦਿਖਣਗੇ। ਇਸਤਨਬੁਲ ਏਅਰਪੋਰਟ ਦੇ ਉੱਤੇ ਇੱਕ ਬਹੁਤ ਹੀ ਪ੍ਰੀ ਸਕ੍ਰੀਨਿੰਗ ਹੁੰਦੀ ਹੈ, ਜੇ ਤੁਸੀਂ ਇੰਗਲੈਂਡ ਜਾਂ ਅਮੈਰੀਕਾ ਜਾਣਾ ਹੁੰਦਾ ਹੈ ਅਤੇ ਤੁਹਾਡਾ ਵੀਜ਼ਾ ਦੇਖਦੇ ਹੋਏ ਉਹ ਤੁਹਾਨੂੰ ਇੱਕ ਅੱਧਾ ਕੁਸ਼ਚਨ ਪੁੱਛਦੇ ਆ, ਤੁਹਾਨੂੰ ਕਲੀਅਰ ਕਰ ਦਿੰਦੇ ਆ। ਅਤੇ ਆਹ ਨਜ਼ਾਰਾ ਇਸਤਨਬੁਲ ਏਅਰਪੋਰਟ ਦਾ ਹੈ, ਅਤੇ ਇੱਥੋਂ ਦੀ ਸਾਡੀ ਫਲਾਈਟ ਦੁਪਹਿਰੇ ਬਹੁਤ ਹੀ ਵਧੀਆ ਮੌਸਮ ਦੇ ਵਿੱਚ ਉੜ ਕੇ ਹੀਥਰੋ ਏਅਰਪੋਰਟ ਵੱਲ ਜਾਣ ਦੀ ਤਿਆਰੀ 'ਚ ਹੈ। ਅਤੇ ਲਓ ਜੀ, ਇੱਥੋਂ ਇਸਤਨਬੁਲ ਤੋਂ ਕਰੀਬਨ ਸਾਡਾ ਫਲਾਈਟ ਟਾਈਮ ਹੈਗਾ 4 ਆਵਰਸ ਦਾ, ਜਿਹੜੀ ਕਿ ਫਲਾਈਟ ਹੋਰ ਵੀ ਜਲਦੀ ਕਵਰ ਕਰ ਲੈਂਦੀ ਹੈ। 4 ਘੰਟਿਆਂ ਤੋਂ ਪਹਿਲਾਂ ਲੈਂਡ ਹੋਣ ਦਾ ਟਾਈਮ ਹੋ ਜਾਂਦਾ ਹੈ, ਜਦਕਿ ਦੁਬਈ ਤੋਂ ਇਸਤਨਬੁਲ ਜਾਣ ਲਈ ਕਰੀਬਨ 4.5 ਤੋਂ 5 ਘੰਟਿਆਂ ਦਾ ਟਾਈਮ ਲੱਗਦਾ। ਅਤੇ ਇਨ ਟੋਟਲ ਜੇ ਤੁਹਾਡਾ ਟ੍ਰਾਂਜ਼ਿਟ ਟਾਈਮ ਘੱਟ ਹੋਏ ਤਾਂ ਤੁਹਾਡਾ ਫਲਾਇੰਗ ਟਾਈਮ ਕਰੀਬਨ 7.5 ਤੋਂ 8 ਘੰਟਿਆਂ ਦਾ ਹੁੰਦਾ। ਸਾਡਾ ਟ੍ਰਾਂਜ਼ਿਟ ਟਾਈਮ ਕਾਫੀ ਘੱਟ ਸੀ, ਇਸ ਕਰਕੇ ਸਾਨੂੰ ਇਹ ਫਲਾਈਟ ਡਾਇਰੈਕਟ ਫਲਾਈਟ ਵਾਂਗ ਬਹੁਤ ਹੀ ਵਧੀਆ ਆਪਸ਼ਨ ਲੱਭਿਆ ਸੀ, ਅਤੇ ਕਾਫੀ ਵਾਇਬਲ ਇਕਨੋਮਿਕਲ ਆਪਸ਼ਨ ਵੀ ਸੀ, ਅਸੀਂ ਯੂਜ਼ ਕੀਤਾ। ਜਦੋਂ ਤੁਸੀਂ ਲੰਡਨ ਦੀ ਫਲਾਈਟ ਲਓ ਦੁਬਈ ਤੋਂ, ਤਾਂ ਜ਼ਰੂਰ ਇਹ ਚੀਜ਼ ਟਰਾਈ ਕਰਕੇ ਦੇਖੋ ਕਿ ਜੇ ਵਾਇਆ ਇਸਤਨਬੁਲ ਜਾਈਏ, ਅਤੇ ਜੇ ਫੇਅਰ ਚੀਪਰ ਹੈ ਤਾਂ ਜ਼ਰੂਰ ਲੈਣਾ ਚਾਹੀਦਾ ਹੈ।
ਕਿਉਂਕਿ ਟ੍ਰਾਂਜ਼ਿਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਕੋਈ ਦਿੱਕਤ ਨਹੀਂ ਹੈ। ਔਰ ਜਿਹੜੇ ਇਸਤਨਬੁਲ ਦੇ ਜਿਹੜੀ ਟਰਕਿਸ਼ ਏਅਰਲਾਈਨ ਦੇ ਪਲੇਨਸ ਨੇ, ਇਹ ਵੀ ਕਾਫੀ ਹੱਦ ਤੱਕ ਬ੍ਰੈਂਡ ਨਿਊ ਹੈ, ਤੇ ਟੀਵੀ ਵਗੈਰਾ ਸਾਰੀ ਫੈਸਿਲਿਟੀਜ਼, ਚਾਰਜਿੰਗ ਪੋਰਟਸ, ਫੂਡ ਐਟਸੈਟਰਾ, ਸਾਰੀ ਫੈਸਿਲਿਟੀ ਤੁਹਾਨੂੰ ਫਲਾਈਟ ਦੇ ਵਿੱਚ ਮਿਲਦੀ ਹੈ। ਤੇ ਜੇ ਅਸੀਂ ਕੰਪੇਅਰ ਕਰੀਏ ਬ੍ਰਿਟਿਸ਼ ਏਅਰਵੇਜ਼, ਵਰਜਿਨ ਅਟਲਾਂਟਿਕ, ਐਮੀਰੇਟਸ, ਇਤਿਹਾਦ ਤੇ ਫੇਅਰਸ ਜਿਹੜੇ ਆ ਕਾਫੀ ਕੰਪੀਟੀਟਿਵ ਨੇ। ਲਓ ਜੀ, ਆਹ ਨਜ਼ਾਰਾ ਲੈਂਦੇ ਲੈਂਦੇ ਅਸੀਂ ਪਹੁੰਚ ਗਏ ਲੰਡਨ ਹੀਥਰੋ। ਬਹੁਤ ਹੀ ਜਲਦੀ ਤੁਸੀਂ ਦੇਖੋਗੇ ਆ ਲੰਡਨ ਏਅਰਪੋਰਟ ਦਾ ਨਜ਼ਾਰਾ। ਹੀਥਰੋ ਦੇ ਵਿੱਚ ਕਾਫੀ ਟਰਮੀਨਲਸ ਨੇ। ਸਾਡੀ ਫਲਾਈਟ ਲੈਂਡ ਹੋਈ ਟਰਮੀਨਲ 2, ਜਿਹਨੂੰ ਕਿ ਕੁਈਨਸ ਟਰਮੀਨਲ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਤੇ ਇਹ ਦੇਖੋ ਕਿੱਦਾਂ ਨਿੱਘਾ ਸਵਾਗਤ ਕਰਦਾ ਹੋਇਆ ਲੰਡਨ ਦਾ ਏਅਰਪੋਰਟ। ਏਅਰਪੋਰਟ ਇੰਨਾ ਹਿਊਜ ਹੈ ਕਿ ਜਦੋਂ ਤੁਸੀਂ ਲੈਂਡ ਕਰਕੇ ਫਲਾਈਟ ਵੱਲ ਜਾਂਦੇ ਹੋ ਤਾਂ ਤੁਹਾਨੂੰ ਕਾਫੀ ਖਾਲੀ ਦਿਖਦਾ ਹੈ ਕਿ ਇੱਥੇ ਸਾਡੇ ਮਾਸੜ ਜੀ ਔਰ ਮਾਸੀ ਜੀ ਸਾਨੂੰ ਸੈਪਰੇਟਲੀ ਲੈਣ ਆਏ ਹੋਏ ਸੀ। ਉਹ ਵੀ ਬਹੁਤ ਐਕਸਾਈਟਿਡ ਸੀ ਅਤੇ ਅਸੀਂ ਵੀ ਉਹਨਾਂ ਨੂੰ ਮਿਲਣ ਲਈ ਬਹੁਤ ਐਕਸਾਈਟਿਡ ਸੀ। ਅਤੇ ਛੇਤੀ ਹੀ ਅਸੀਂ ਗੱਡੀ ਪਾਰਕਿੰਗ 'ਚੋਂ ਕੱਢ ਕੇ ਘਰ ਵੱਲ ਨੂੰ ਪਾ ਲਈ। Look at the Emirates park in London. I don't think it's real, Masiji. Real nigga. No, it's just a model, right? Now we are in front of Masiji's house. You can see it's good lively place, like living in the market. Hello ji, itna hi nazare lende lende assi pahunch gaye ਲੰਡਨ। ਅਤੇ ਸਾਡੇ ਮਾਸੀ ਜੀ ਰਹਿੰਦੇ ਨੇ ਸਾਊਥ ਹਾਲ, ਜਿਹਨੂੰ ਪੰਜਾਬੀਆਂ ਦਾ ਗੜ੍ਹ ਕਿਹਾ ਜਾਂਦਾ ਹੈ। ਅਤੇ ਇਸ ਤੋਂ ਅਗਲੇ ਵਲੋਗ 'ਚ ਅਸੀਂ ਤੁਹਾਨੂੰ ਸਾਊਥ ਹਾਲ ਦੀ ਸੈਰ ਕਰਾਵਾਂਗੇ। ਹੋਪ ਕਰਦਾ ਤੁਹਾਨੂੰ ਇਹ ਵਲੋਗ ਵਧੀਆ ਲੱਗਿਆ ਹੋਊਗਾ, ਅਤੇ ਅਸੀਂ ਵੀ ਇੰਜੋਏ ਕਰਦੇ ਹਾਂ ਅਤੇ ਤੁਸੀਂ ਵੀ ਅਗਲਾ ਵਲੋਗ ਇੰਜੋਏ ਕਰਿਓ। ਟਿਲ ਦੈਨ।